ਅੱਜ ਅਸੀਂ ਆਏ ਹਾਂ ਉੱਚਾ ਪਿੰਡ ਸੰਘੋਲ ਅਤੇ ਉਸਦਾ ਇਹ ਜੋ ਹੈ ਆਰਕਿਓਲੋਜੀਕਲ ਮਿਊਜ਼ੀਅਮ ਹੈ ਅਤੇ ਜਿਸਦੀ ਸ਼ੁਰੂਆਤ ਜਿਹੜੀ ਹੈਗੀ ਹੈ ਅਪ੍ਰੈਲ 1990 ਦੇ ਵਿੱਚ ਕੀਤੀ ਗਈ ਅਤੇ ਇਹ ਹੈ ਜੀ ਸੰਘੋਲ ਜਿਹੜਾ ਪਿੰਡ ਹੈ ਉਸਦੀ ਜਾਣਕਾਰੀ ਇਸ ਮਿਊਜ਼ੀਅਮ ਵਿੱਚ ਜਾਣ ਲਈ ਤੁਹਾਨੂੰ ਇੱਥੋਂ ਟਿਕਟ ਲੈਣੀ ਪੈਂਦੀ ਹੈ ਰਿਸੈਪਸ਼ਨ ਕਾਊਂਟਰ ਤੋਂ 10 ਰੁਪਏ ਦੀ ਜਿਹੜੀ ਹੈਗੀ ਹੈ ਟਿਕਟ ਹੈਗੀ ਹੈ ਅਤੇ ਬੱਚਿਆਂ ਦੀ ਟਿਕਟ 4 ਰੁਪਈਏ ਹੈ ਅਤੇ ਇੱਧਰ ਮਿਊਜ਼ੀਅਮ ਹੈ ਅੰਦਰ ਫੋਟੋਗ੍ਰਾਫੀ ਕਰਨਾ ਮਨ੍ਹਾ ਹੈ ਪਰ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਅੰਦਰ ਕੀ ਕੁਛ ਹੈ ਅੰਦਰ ਇਹਦੇ ਵਿੱਚ ਮੂਰਤੀਆਂ ਨੇ ਉਸ ਤੋਂ ਇਲਾਵਾ ਇਹਦੇ ਵਿੱਚ ਹੈ ਜੀ ਗਹਿਣੇ ਜਿਹਦੇ ਵਿੱਚ ਪੰਜੇਬਾਂ ਝੁਮਕੇ ਕੜੇ ਹਨ ਅਤੇ ਇਸ ਤੋਂ ਇਲਾਵਾ ਸਿੱਕੇ ਜਿਹੜੇ ਪ੍ਰਾਚੀਨ ਚੱਲਦੇ ਸਨ ਇਸ ਤੋਂ ਇਲਾਵਾ ਇਹਦੇ ਵਿੱਚ ਹੈ ਅੱਗੇ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਸਨ ਜਿਹਦੇ ਵਿੱਚ ਖਾਣਾ ਪਕਾਉਣ ਲਈ ਚੀਜ਼ਾਂ ਹੋ ਗਈਆਂ ਜਾਂ ਬਰਤਨ ਹੋ ਗਏ ਬੱਚਿਆਂ ਦੇ ਖੇਡਣ ਲਈ ਖਿਡੌਣੇ ਜਿਹੜੇ ਹੁੰਦੇ ਸਨ ਉਹ ਨੇ ਅਤੇ ਬਾਕੀ ਜਿਹੜੀ ਦੇਵੀ ਦੇਵਤਿਆਂ ਦੀਆਂ ਕੁਛ ਪ੍ਰਤਿਮਾਵਾਂ ਨੇ ਇਹ ਕੁਛ ਹੈ ਜੀ ਇਸ ਮਿਊਜ਼ੀਅਮ ਦੇ ਅੰਦਰ ਅਤੇ ਆਓ ਤੁਹਾਨੂੰ ਅੰਦਰੋਂ ਮਿਊਜ਼ੀਅਮ ਦਿਖਾਉਂਦੇ ਹਾਂ ਇਹ ਕੁਛ ਹੈ ਜੀ ਇਸ ਮਿਊਜ਼ੀਅਮ ਦੇ ਅੰਦਰ ਇਹ ਕੁਛ ਹੈ ਜੀ ਇਸ ਮਿਊਜ਼ੀਅਮ ਦੇ ਅੰਦਰ ਦੇਖੋ ਜੀ ਪੁਰਾਤਨ ਘੜੇ ਇਸ ਤੋਂ ਇਲਾਵਾ ਬਰਤਨ ਚੂੜੀਆਂ ਪੰਜੇਬਾਂ ਆਦਿ ਇਹ ਸਾਰਾ ਕੁਛ ਹੈ ਜੀ ਇਹ ਸੀ ਮਿਊਜ਼ੀਅਮ ਸੰਘੋਲ ਦਾ ਜੋ ਕਿ ਫਤਿਹਗੜ੍ਹ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਸੰਘੋਲ ਦੇ ਮਿਊਜ਼ੀਅਮ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪ੍ਰਾਚੀਨ ਬੋਧੀ ਸਤੂਪ ਸਥਾਨ 'ਤੇ ਉੱਚਾ ਪਿੰਡ ਸੰਘੋਲ ਵਿਖੇ ਇਹ ਦੇਖੋ ਇਹ ਇਸਦੀ ਸਾਰੀ ਹਿਸਟਰੀ ਵਗੈਰਾ ਦੱਸੀ ਹੋਈ ਹੈ ਅਤੇ ਸਤੂਪ ਤੁਹਾਨੂੰ ਅਸੀਂ ਅੱਗੇ ਦਿਖਾਉਂਦੇ ਹਾਂ ਜਿੱਥੇ ਬੋਧੀ ਭਿਕਸ਼ੂ ਰਹਿੰਦੇ ਸਨ ਅਤੇ ਇੱਥੇ ਬੱਚਿਆਂ ਨੂੰ ਵਿੱਦਿਆ ਵੀ ਦਿੱਤੀ ਜਾਂਦੀ ਸੀਗੀ ਅਤੇ ਉਹਨਾਂ ਦੀਆਂ ਪੁਰਾਣੀਆਂ ਇਮਾਰਤਾਂ ਦੀ ਨੀਹਾਂ ਇੱਥੋਂ ਮਿਲੀਆਂ ਨੇ ਅਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਦੇਖੋ ਇਹ ਉਹ ਥਾਂ ਹੈ ਇਹ ਦੇਖੋ ਜੀ ਇਹ ਦੇਖੋ ਇਹ ਪਾਠਸ਼ਾਲਾਵਾਂ ਦੇ ਲਈ ਆ ਦੇਖੋ ਇਹ ਥਾਂ ਸੀ ਇਹ ਪਾਠਸ਼ਾਲਾ ਹੈ ਜਿਹਦੇ ਵਿੱਚ ਇਹ ਤਾਂ ਕਮਰੇ ਨੇ ਇੱਥੇ ਕਮਰੇ ਸੀ ਅਤੇ ਇਹ ਵਾਲੀ ਜਿਹੜੀ ਇਹਨਾਂ ਦਾ ਵਰਾਂਡਾ ਹੁੰਦਾ ਸੀਗਾ ਇਹ ਦੇਖੋ ਜੀ ਇਹ ਛੋਟਾ ਸਪੂਤ ਹੈ ਇਹ ਜੋ ਥਾਂ ਹੈ ਤਕਰੀਬਨ 2300 ਸਾਲ ਪੁਰਾਣੀ ਹੈ
ਉੱਚਾ ਪਿੰਡ ਸੰਗੋਲ ਦੇ ਵਿੱਚ ਇੱਕ ਇਹ ਵੀ ਥਾਂ ਦੇਖਣ ਯੋਗ ਹੈ। ਇਹ ਜਿਵੇਂ ਤੁਹਾਨੂੰ ਆਪਾਂ ਦਿਖਾਇਆ ਸੀਗਾ ਛੋਟਾ ਸਤੂਪ, ਇਹ ਬੋਧੀ ਸਤੂਪ ਹੈ ਜੋ ਕਿ ਵੱਡਾ ਬੋਧੀ ਸਤੂਪ ਦੇ ਨਾਲ ਨਾਲ ਜਾਣਿਆ ਜਾਂਦਾ। ਅਤੇ ਦੇਖੋ ਇੱਥੇ ਵੀ ਖੁਦਾਈ ਹੋਈ ਸੀ, ਦੇਖੋ ਪੁਰਾਣੀਆਂ ਇੱਟਾਂ ਉਹਨਾਂ ਟਾਈਮਾਂ ਦੀਆਂ ਦੇਖੋ ਦੇਖਣ ਨੂੰ ਮਿਲਦੀਆਂ ਨੇ। ਇਹ ਦੇਖੋ ਇੱਥੇ ਵੀ ਬੋਧੀ ਭਿਕਸ਼ੂ ਰਹਿੰਦੇ ਸਨ। ਆਹ ਦੇਖੋ ਉਹਨਾਂ ਦੀਆਂ ਇਹ ਥਾਵਾਂ ਬਣੀਆਂ ਹੋਈਆਂ ਨੇ, ਅਤੇ ਇਹਨਾਂ ਦੇ ਵਿੱਚ ਹੀ ਉਹ ਜਗ੍ਹਾਵਾਂ ਹਨ ਜਿੱਥੇ ਬੋਧੀ ਭਿਕਸ਼ੂ ਆਪਣਾ ਗਿਆਨ ਗ੍ਰਹਿਣ ਕਰਦੇ ਸੀ। ਇਹ ਦੇਖੋ ਜੀ ਇਹ ਸਾਰੀ ਸਾਈਟ ਤਕਰੀਬਨ 2300 ਸਾਲ ਪੁਰਾਣੀਆਂ ਹਨ।